साड़ी फिल्म का नाम जी सिकंदर जो 21 जून सारे सिनेमाघर वर्ल्ड वाइड रिलीज हो रही है। साड़ी फिल्म का थ्रेड है जी पॉलिटिक्स, यूथ पॉलिटिक्स, जो यूनिवर्सिटियां कॉलेज अजकल के जो हालात पैदा हो रहे हैं उन्होंने असी फिल्म बनाई है। इहदा मेन जो सिकंदर किरदार है वह सिकंदर महान दे इक थ्रेड तो लिया गया, जिवें वह सिकंदर यूनान तो लैके सारी दुनिया से कब्जा करना चाहता सी। ਇਹ ਵੀ ਮਾਨਸਾ ਕਾਲਜ ਤੋਂ ਉੱਠ ਕੇ ਆਇਆ ਮੁੰਡਾ, ਯੂਨੀਵਰਸਿਟੀ ਦੇ ਵਿਚ ਜਾ ਕੇ ਜਦੋਂ ਪ੍ਰੈਜੀਡੈਂਟ ਬਣਦਾ ਹੈ ਜਾਂ ਉਥੇ ਉਹਦੀ ਸੱਤਾ ਕਾਇਮ ਹੋ ਜਾਂਦੀ ਹੈ, ਫਿਰ ਸਾਰੇ ਪੰਜਾਬ ਤੇ ਕੈਪਚਰ ਕਰਨਾ ਚਾਹੁੰਦਾ ਤੇ ਉਹ ਸੱਤਾ ਹਾਸਲ ਕਰਨ ਲਈ ਉਹਨੂੰ ਕਿਹੜੇ ਕਿਹੜੇ ਹੱਥਕੰਡਿਆ ਚੋਂ ਨੰਗਲਣਾ ਪੈਂਦਾ, ਨਿਕਲਣਾ ਪੈਂਦਾ ਤੇ ਕਿਵੇਂ ਉਹਨੂੰ ਪੋਲੀਟੀਸ਼ੀਅਨ ਗਲਤ ਯੂਜ਼ ਵੀ ਕਰਦੇ ਨੇ, ਮਿਸ ਯੂਜ਼ ਵੀ ਹੁੰਦਾ ਉਹਦਾ। ਜਦੋਂ ਮਿਸ ਯੂਜ਼ ਹੋ ਕੇ ਉਹ ਸੱਤਾ ਦੇ ਨਸ਼ੇ ਦੇ ਚ ਅੱਗੇ ਜਾਂਦਾ, ਜਦੋਂ ਪਿੱਛੇ ਦੀ ਯਾਦ ਆਉਂਦੀ ਹੈ ਵੀ ਉਹਦਾ ਕੋਈ ਪਿਆਰ ਵੀ ਸੀ ਜਾਂ ਉਹਦੀ ਫੈਮਿਲੀ ਵੀ ਸੀ, ਉਹ ਪਿਆਰ ਉਹਦਾ ਜੋ ਹੈ ਗੁਲਪਨਾਗ ਹੈ ਮਾਨਸਾ ਕਾਲਜ ਦੇ ਵਿਚ। ਪਰ ਹੁਣ ਯੂਨੀਵਰਸਿਟੀ ਆ ਕੇ ਇਕ ਵਾਈਟ ਕਰੈਕਟਰ ਦੀ ਕੁੜੀ ਬਣ ਚੁੱਕੀ ਹੈ, ਜਿਹਨੂੰ ਬਲੈਕ ਐਂਡ ਵਾਈਟ ਦੇ ਵਿਚ ਚੰਗੇ ਬੁਰੇ ਦੇ ਵਿਚ ਹਰ ਇਕ ਚੀਜ਼ ਚ ਚੰਗੀ ਤਰ੍ਹਾਂ ਫਰਕ ਪਤਾ ਹੈ ਤੇ ਉਹਨੂੰ ਕਹਿੰਦੀ ਹੈ ਕਿ ਤੂੰ ਗਲਤ ਹੈ, ਤੁਸੀਂ ਇਹ ਗਲਤ ਕਰ ਰਹੇ ਹੋ ਮੁੰਡੇ, ਤੇ ਉਹਦੇ ਥਰੂ ਆਪਣੇ ਕੁੜੀਆਂ ਨੂੰ ਮੁੰਡਿਆਂ ਨੂੰ ਯੂਥ ਨੂੰ ਮੈਸੇਜ ਵੀ ਜਾਂਦਾ। ਤੇ ਇਹ ਫੈਮਿਲੀ ਦੀ ਫਿਲਮ ਵੀ ਹੈ ਜੀ, ਫੈਮਿਲੀ ਦੀ ਫਿਲਮ ਇਸ ਲਈ ਹੈ ਕਿ ਉਨ੍ਹਾਂ ਨੂੰ ਪਤਾ ਲੱਗੇ ਉਨ੍ਹਾਂ ਦੇ ਯੂਥ ਦੀ ਜੋ ਅੱਜ ਕੱਲ ਦੀ ਵਿਥਾ ਹੈ, ਅੱਜ ਕੱਲ ਦੀ ਜੋ ਸਥਿਤੀ ਹੈ ਉਹ ਉਹਨਾਂ ਨੂੰ ਪਤਾ ਲੱਗੂਗੀ। ਬੜੇ ਨਾਟਕੀ ਤੇ ਬੜੇ ਕਮਰਸ਼ੀਅਲ ਤਰੀਕੇ ਨਾਲ ਅਸੀਂ ਇਹਨੂੰ 21 ਤਰੀਕ ਨੂੰ ਸਿਨੇਮਾ ਘਰਾਂ ਵਿਚ ਲੈ ਗਾਣਾ ਤੁਹਾਨੂੰ ਚੰਗਾ ਲੱਗਦਾ ਹੋਵੇ। ਇਹ ਪਿੰਡ ਦੇ ਵਿਚ ਜੀ ਜੇ ਮੈਂ ਐਜ ਏ ਆਪਾਂ ਨੂੰ ਯੂਥ ਵੇਖਾਂ ਤਾਂ ਕਮਰਸ਼ੀਅਲ ਗਾਣਾ ਲਾਭ ਜੰਜੂਆ ਦੇ ਲੈਂਬਰ ਜੀ ਨੇ ਗਾਇਆ, ਪਿੰਡ ਦੇ ਮੁੰਡਿਆਂ ਦਾ ਚੰਡੀਗੜ੍ਹ ਹੂਟਰ ਬੋਲੇ, ਜਦੋਂ ਜਿੱਤਦੇ ਨੇ ਜਾਂ ਉਨ੍ਹਾਂ ਦੀ ਆਪ ਅੰਦਰਲੇ ਰੰਗ ਜਦੋਂ ਬਾਹਰ ਆਉਂਦੇ ਨੇ ਮੁੰਡਿਆਂ ਦੇ ਤਾਂ ਉਹ ਇਹ ਗੀਤ ਨੂੰ ਸੁਣਦੇ ਨੇ, ਵਧੀਆ ਲੱਗਦਾ ਜੀ। ਉਹ ਡਾਇਲੋਗ ਨੇ ਜਿਹੜੇ ਲੋਕਾਂ ਨੂੰ ਇੰਟਰਟੇਨ ਕਰਦੇ ਨੇ, ਯੂਥ ਨੂੰ ਤੇ ਦੱਸਣਗੇ ਵੀ ਜਿਵੇਂ ਮੈਂ ਦੱਸਦਾ ਜਿਵੇਂ ਉਹ ਸਿਕੰਦਰ ਰਹਿੰਦਾ, ਦੋ ਚਾਰ ਦੁਸ਼ਮਣ ਹੋਣੇ ਵੀ ਚਾਹੀਦੇ ਆ, ਬੰਦਾ ਔਕਾਤ ਚ ਰਹਿੰਦਾ ਜੀ। ਯੂਥ ਦੀ ਗੱਲ ਹੈ, ਉਨ੍ਹਾਂ ਦੇ ਦਿਲਾਂ ਦੀ ਗੱਲ ਜੋ ਹੈ ਅਸੀਂ ਡਾਇਲੋਗ ਦੇ ਵਿਚ ਹੈ ਕਿ ਮੈਨੂੰ ਲੱਗਦਾ ਉਹ ਜੋ ਆਪਸੀ ਸਿਚੁਏਸ਼ਨ ਪੈਦਾ ਹੁੰਦੀ ਹੈ ਉਹ ਕਿਤੇ ਨਾ ਕਿਤੇ ਕਾਮੇਡੀ ਵੀ ਕਰਦੇ ਨੇ, ਪਰ ਹੈ ਸਾਰਾ ਕੁਝ ਸਿਚੁਏਸ਼ਨਲ ਹੈ, ਗੀਤ ਸਿਚੁਏਸ਼ਨਲ ਨੇ। ਜਦੋਂ ਗੀਤ ਤੇ ਫਿਲਮ ਆਪਸ ਦੇ ਵਿਚ ਮਿਲ ਕੇ ਪਰਦੇ ਤੇ ਆਉਣਗੇ ਤਾਂ ਰੰਗ ਵੱਖਰਾ ਹੀ ਹੋਊਗਾ। ਇਸ ਤੋਂ ਪਹਿਲਾਂ ਮੈਂ ਨੈਗੇਟਿਵ ਰੋਲ ਕੀਤਾ ਜੀ ਯਾਰ ਅਨਮੁੱਲੇ ਦੇ ਵਿਚ, ਤੇਰੇ ਨਾਲ ਲਵ ਹੋ ਗਿਆ ਰਿਤੇਸ਼ ਦੀ, ਰਿਤੇਸ਼ ਦੇਸ਼ਮੁਖ ਦੀ ਫਿਲਮ ਆਈ ਸੀ ਜੀ ਹਿੰਦੀ, ਕਬੱਡੀ ਇੱਕ ਮੁਹੱਬਤ, ਮਿੱਟੀ, ਹਸ਼ਰ ਤੇ ਹੋਰ ਵੀ ਬਹੁਤ ਸਾਰੀਆਂ ਪੰਜ ਛੇ ਫਿਲਮਾਂ ਆਪਾਂ ਤਕਰੀਬਨ 10 ਫਿਲਮਾਂ ਦੇ ਵਿਚ ਮੈਂ ਨੈਗੇਟਿਵ ਕਰੈਕਟਰ ਕਰ ਚੁੱਕਾ। ਗੁੰਮਰਾਹ ਕਰਦੀ ਹੈ ਕਿੱਦਾਂ ਯੂਜ਼ ਕਰਦੀ ਹੈ ਤੇ ਪੰਜਾਬ ਦੀ ਜਵਾਨੀ ਕਿੱਦਾਂ ਤਬਾਹ ਹੁੰਦੀ ਹੈ, ਇਹੋ ਜਿਹੀ ਮੀਨਿੰਗ ਫਰਨਿਸ਼ ਤੁਸੀਂ ਜਿਹੜੀ ਗੱਲ ਇਹਨਾਂ ਨਾਲ ਕਰਨਾ ਚਾਹੋ ਤੇ ਫਿਲਮ ਵਾਲੇ ਆਪਣੇ ਹੈਗਾ ਯੂਥ ਨੂੰ ਲੈ ਕੇ ਅਸੀਂ ਯੂਥ ਨੈਕਟਰ ਦਾ ਲੈ ਕੇ ਚੱਲੇ ਹਾਂ, ਉਹਦੇ ਵਿਚ ਯੂਥ ਜੋ ਗੱਲਾਂ ਕਰਦਾ ਆਪਸ ਦੇ ਵਿਚ, ਯੂਥ ਦਾ ਆਪਸੀ ਸੰਵਾਦ ਹੈ, ਉਸਨੂੰ ਵੀ ਲੱਗਿਆ ਕਿ ਨਹੀਂ ਇਹ ਯੂਥ ਨੂੰ ਅਸੀਂ ਦੱਸਣਾ ਸਾਡੇ ਘਰ ਹੈਗੇ ਆ, ਅਸੀਂ ਘਰ ਆ ਸਕਦੇ ਹਾਂ, ਸਾਡਾ ਯੂਥ ਘਰ ਕਿਉਂ ਨੀ ਮੁੜਦਾ ਜਦੋਂ ਜਾਂਦਾ। ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਜ਼ਰੂਰੀ ਹੈ ਕਿ ਵੀ ਉਹਨਾਂ ਦੇ ਵੀ ਘਰ ਹੈਗੇ ਆ, ਘਰ ਆਉਣ ਤੇ ਉਹਨਾਂ ਦਾ ਵਾਰਮ ਵੈਲਕਮ ਅਸੀਂ ਕਰਨਾ, ਉਹਨਾਂ ਨੂੰ ਖੁੱਲਾ ਮਾਹੌਲ ਦੇਣਾ, ਜਿਹੜੀਆਂ ਉਹਨਾਂ ਦੇ ਅਸੀਂ ਚੂੜੀਆਂ ਕੱਸੀਆਂ ਹੋਈਆਂ ਨੇ ਉਹ ਚੂੜੀਆਂ ਨੂੰ ਢਿੱਲਾ ਕਰਨ ਦੀ ਲੋੜ ਆ, ਉਹਨੂੰ ਕਿਸ ਤਰੀਕੇ ਨਾਲ ਢਿੱਲਾ ਕਰਨਾ, ਉਹਨਾਂ ਨੂੰ ਸੇਧ ਕੀ ਦੇਣੀ ਹੈ, ਉਹਦਾ ਤਰੀਕਾ ਤੁਸੀਂ। ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੰਜਾਬੀ ਦੇ ਵਿੱਚ ਬਿਲਕੁਲ ਲੀਕ ਤੋਂ ਹਟਵੀਂ ਹੋਈ ਫਿਲਮ ਹੈ। ਆਮ ਤੌਰ ਤੇ ਜੋ ਟ੍ਰੈਂਡ ਚੱਲ ਰਿਹਾ ਪੰਜਾਬੀ ਫਿਲਮਾਂ ਦਾ ਕਿ ਉਹ ਵੀ ਛਨਕਾਟਾ ਟਾਈਪ ਛੋਟੇ ਮੋਟੇ ਚੁਟਕਲੇ ਜੋੜ ਕੇ ਫਿਲਮਾਂ ਬਣਾਈਆਂ ਜਾਂਦੀਆਂ ਨੇ, ਇਹੋ ਜਿਹੀਆਂ ਫਿਲਮਾਂ ਨੂੰ ਚੈਲੰਜ ਕਰਨ ਦੇ ਲਈ ਇੱਕ ਮੀਨਿੰਗਫੁਲ ਸਿਨੇਮਾ, ਇੱਕ ਮੀਨਿੰਗਫੁਲ ਫਿਲਮ ਲੈ ਕੇ ਸਾਡੇ ਵਿਚਕਾਰ ਪੁੱਛਦੇ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ 21 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋਣ ਵਾਲੀ ਹੈ, 21 ਤਰੀਕ ਨੂੰ ਜਾ ਕੇ ਆਉਣੀ ਚਾਹੀਦੀ ਹੈ, ਪਰਿਵਾਰ ਨੂੰ ਬਹਿ ਕੇ ਵੇਖਣੀ ਚਾਹੀਦੀ ਹੈ। ਮੈਂ ਕਹਿੰਦਾ ਸਾਡੀ ਫਿਲਮ ਯੂਥ ਤੇ ਹੈ, ਸਾਰੇ ਮੁੰਡੇ ਜੋ ਗੱਲਾਂ ਕਰਦੇ ਨੇ ਘਰਾਂ ਦੇ ਵਿਚ ਬਹਿ ਕੇ ਪੜ੍ਹਦੀ ਹੈ ਤੇ ਘਰਾਂ ਦੇ ਬੈਠੇ ਮਾਪੇ ਨੇ ਕਈ ਸੌ ਕਿਲੋਮੀਟਰ ਦਾ ਫਾਸਲਾ ਉਹਨਾਂ ਦੇ ਵਿਚ, ਉਹਨਾਂ ਦੇ ਵਿਚ ਇੱਕ ਸੰਵਾਦ ਵਰਤੀ ਹੈ ਸਾਡੀ ਫਿਲਮ। ਇਸ ਕਰਕੇ ਮੈਂ ਕਹਿੰਦਾ ਜੇ ਤੁਸੀਂ ਕਹਾਂਗੇ ਜੀ ਅਸੀਂ ਬਹੁਤ ਕੁਛ ਬਹੁਤ ਐਗਜ਼ਾਮ ਦੇ ਬਹੁਤ ਐਗਜ਼ਾਮੀਨੇਸ਼ਨ ਦੇ ਲਈ ਇੱਕ ਨਵਾਂ ਸਬਜੈਕਟ ਇੱਥੇ ਲੈ ਕੇ ਆਇਆ, ਪਲੀਜ਼ 21 ਜੂਨ ਨੂੰ ਜਾ ਕੇ ਆਪ ਸਾਡਾ ਕੋਈ ਸਬਜੈਕਟ ਬਣਨੇ ਚਾਹੀਦੇ ਆ ਕਿ ਨਹੀਂ ਬਣਨੇ ਚਾਹੀਦੇ, ਜੇ ਤੁਸੀਂ ਜਾ ਕੇ ਦੇਖੋਗੇ ਸਾਨੂੰ ਹੌਸਲਾ ਮਿਲੂਗਾ, ਅਸੀਂ ਹੋਰ ਇੱਦਾਂ ਦੇ ਪ੍ਰੋਜੈਕਟ ਤੁਹਾਡੇ ਲਈ ਲੈ ਕੇ ਆਵਾਂਗੇ। ਜੇ ਫੈਸਲਾ ਤੁਸੀਂ ਕਰਨਾ ਸੀ 21 ਜੂਨ ਨੂੰ ਸਿਕੰਦਰ ਜ਼ਰੂਰ ਜਾ ਕੇ ਦੇਖੋ ਕਿ ਨਵੇਂ ਸਬਜੈਕਟ ਕਾਮੇਡੀ ਤੋਂ ਹਟ ਕੇ ਨਵੇਂ ਸਬਜੈਕਟ ਜਿਹੜੇ ਇਹ ਹਮਾਰੀ ਕੰਪਨੀ ਕੀ ਪਹਿਲੀ ਪਿਕਚਰ ਹੈ, ਆਈ ਥਿੰਕ ਆਈ ਪ੍ਰੋਬਲੀ ਸਪੀਕਿੰਗ ਪੰਜਾਬੀ ਰਦਰ ਦੈਨ ਹਿੰਦੀ, ਆਪਣੀ ਕੰਪਨੀ ਦੀ ਪਹਿਲੀ ਪਿਕਚਰ ਹੈ ਜੀ ਜੋ ਅਸੀਂ ਥੋੜਾ ਅੱਜ ਦੇ ਜਿਹੜੇ ਕਾਮੇਡੀ ਦੇ ਦੌਰ ਤੋਂ ਥੋੜਾ ਹਟ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਟੂ ਬ੍ਰਿੰਗ ਆਊਟ ਅ ਡਿਫਰੈਂਟ ਫਲੇਵਰ ਇਨ ਆਰ ਪੰਜਾਬੀ ਸਿਨੇਮਾ, ਇਟਸ ਯੂਥ ਪੋਲੀਟਿਕਸ ਦੇ ਉੱਤੇ ਆ।
ਤੁਸੀਂ ਖੁਦ ਹੀ ਕਹਿਣਾ ਰਹੇ ਹੋ ਹਾਂਜੀ ਆਈ ਬਿਲੋਂਗ ਟੂ ਯੂ ਐਸ ਜੀ ਆਈ ਵਾਜ਼ ਬ੍ਰੌਟ ਅਪ ਇਨ ਯੂ ਐਸ ਯੂ ਐਸ ਤੋਂ ਐਮ ਬੀ ਏ ਕਰਕੇ ਦੈਨ ਆਈ ਡਿਸਾਈਡਡ ਟੂ ਮੂਵ ਬੈਕ ਟੂ ਇੰਡੀਆ ਐਂਡ ਆਪਣੇ ਪੰਜਾਬੀ ਸਿਨੇਮਾ ਚ ਕਹਿ ਲਓ ਕਿ ਇਟਸ ਬਿਜ਼ਨਸ ਇਜ਼ ਵੈਲ ਸਿਨੇਮਾ ਇਜ਼ ਬਿਜ਼ਨਸ ਇਜ਼ ਵੈਲ ਸੋ ਉਹ ਚ ਅਸੀਂ ਆਪਣਾ ਕੰਮ ਸ਼ੁਰੂ ਮਤਲਬ ਤੁਸੀਂ ਬੀਂਗ ਕਹਿਣਾ ਰਹੇ ਹੁੰਦੇ ਨੇ ਇੱਥੇ ਪੰਜਾਬ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਮਤਲਬ ਹੀ ਮਨ ਚੋਂ ਆਇਆ ਜਿਹਦੇ ਆਪਣਾ ਦੇਸ਼ ਤਾਂ ਆਪਣਾ ਦੇਸ਼ ਹੀ ਹੁੰਦਾ ਜੀ ਪੰਜਾਬ ਆਪਣੀ ਕਹਿ ਲਓ ਕਿ ਮਾਤਰ ਭੂਮੀ ਹੈ ਪੰਜਾਬੀ ਸਿਨੇਮਾ ਵਿਚ ਜੀ ਸਕੋਪ ਬਹੁਤ ਹੈ ਆਪਣਾ ਬਾਲੀਵੁੱਡ ਐਂਡ ਬਾਲੀਵੁੱਡ ਦੇਰ ਇਜ਼ ਲੋਟ ਆਫ ਡਿਫਰੈਂਸ ਤਾਂ ਜਿੱਦਾਂ ਆਪਾਂ ਕਹਿੰਦੇ ਇੱਕ ਡਿਵੈਲਪਿੰਗ ਕੰਟਰੀ ਆ ਉਦਾਂ ਹੀ ਆਪਣਾ ਪੰਜਾਬੀ ਸਿਨੇਮਾ ਇੱਕ ਡਿਵੈਲਪਿੰਗ ਬਿਜ਼ਨਸ ਆ ਹਲੇ ਬਹੁਤ ਸਕੋਪ ਆ ਵੀ ਸਟਿਲ ਐਟ ਦ ਬੇਸ ਰੂਟਸ ਹਲੇ ਵੀ ਹੈਵ ਵੇ ਲੋਂਗ ਰੋਡ ਟੂ ਕ੍ਰੋਸ ਸੋ ਕਾਫੀ ਆਪਣੀ ਓਪਰਚੁਨਿਟੀਜ਼ ਹਲੇ ਪੰਜਾਬੀ ਸਿਨੇਮਾ ਚ ਹੈਗੀਆਂ ਜੋ ਵੀ ਬੰਦਾ ਇਸ ਫੀਲਡ ਚ ਆਉਣਾ ਚਾਹੁੰਦਾ ਆ ਆਪਣੇ ਪੰਜਾਬੀਆਂ ਨੂੰ ਤਾਂ ਇਹੀ ਰਿਕੁਐਸਟ ਹੈ ਜੀ ਦੇ ਸ਼ੁਡ ਕਮ ਐਂਡ ਪ੍ਰਮੋਟ ਆ ਸਿਨੇਮਾ ਆ ਸਿਨੇਮਾ ਨੀਡਸ ਅ ਲੋਟ ਆਫ ਹੈਲਪ ਹਾਲਾਂਕਿ ਆਪਣੇ ਬਹੁਤ ਤਰੱਕੀ ਹੋ ਚੁੱਕੀ ਆ ਬਟ ਦੈਟ ਵੀ ਸਟਿਲ ਹੈਵ ਮਾਈਲਸ ਟੂ ਗੋ ਮੈਂ ਬਹੁਤ ਸਾਰਾ ਯੋਗਦਾਨ ਆਪਣੇ ਫਰੈਂਡ ਗੁਰਪ੍ਰੀਤ ਜੀ ਨੂੰ ਦਿਉਂ ਜੋ ਸਾਡੇ ਐਸੋਸੀਏਟ ਪ੍ਰੋਡਿਊਸਰ ਹੈਗੇ ਨੇ ਡੈਸਟੀਨੀ ਵਾਟਰਸ ਹੀਅਰ ਬਟ ਉਹਨਾਂ ਦੇ ਕਾਫੀ ਕਹਿ ਲਓ ਕਿ ਗਾਈਡੈਂਸ ਦੇ ਨਾਲ ਅਸੀਂ ਆਹ ਕੰਮ ਸ਼ੁਰੂ ਕੀਤਾ ਪਿਕਚਰ ਦੀ ਸਕਸੈਸ ਤੋਂ ਬਾਅਦ ਵੀ ਹੈਵ ਕਪਲ ਸਕ੍ਰਿਪਟਸ ਲਾਈਨਡ ਅਪ ਇੱਕ ਵਾਰੀ ਆਹ ਮੂਵੀ ਆਪਾਂ ਸਿਰੇ ਲਾ ਲਈਏ ਆਡੀਅੰਸ ਤੋਂ ਤੱਕ ਪਹੁੰਚਾ ਦਈਏ ਉਹ ਤੋਂ ਬਾਅਦ ਫਿਰ ਸਕ੍ਰਿਪਟਸ ਦੇ ਕੰਮ ਸ਼ੁਰੂ